are watching Channel Y. Channel Y, a South Asian Canadian channel. ਪੰਜਾਬ ਦੀਆਂ ਜੇਲ੍ਹਾਂ 'ਚ ਲਗਾਤਾਰ ਮੋਬਾਈਲ ਅਤੇ ਨਸ਼ੇ ਦਾ ਸਮਾਨ ਮਿਲਣ ਨਾਲ ਜੇਲ੍ਹ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਨੇ। ਬੀਤੇ ਦਿਨੀ ਨਾਭਾ ਦੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਵਿੱਚੋਂ 2 ਮੋਬਾਈਲ ਮਿਲਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਨਾਭਾ ਦੀ ਦੂਸਰੀ ਨਵੀਂ ਜੇਲ੍ਹ ਵਿੱਚ 2 ਮੋਬਾਈਲ ਮਿਲਣ ਨਾਲ ਜੇਲ੍ਹ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਲੱਗੇ ਨੇ, ਕਿਉਂਕਿ ਜੇਲ੍ਹ ਵਿੱਚ ਜਿੱਥੇ ਸੂਈ ਵੀ ਨਹੀਂ ਜਾ ਸਕਦੀ ਉੱਥੇ ਵੱਡੇ ਵੱਡੇ ਮੋਬਾਈਲ ਅੰਦਰ ਜਾਣ ਨਾਲ ਜੇਲ੍ਹ ਦੀ ਸੁਰੱਖਿਆ ਉੱਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਨੇ। ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਬੈਰਕ ਨੰਬਰ 1 ਅਤੇ 2 ਦੇ ਬਾਹਰੋਂ ਮੋਬਾਈਲ ਮਿਲਣ 'ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਨਾਭਾ ਸਦਰ ਥਾਣੇ ਨੂੰ ਰਿਪੋਰਟ ਦਰਜ ਕਰਵਾਈ ਗਈ ਅਤੇ ਹੁਣ ਨਾਭਾ ਸਦਰ ਦੇ ਇੰਚਾਰਜ ਜੈ ਇੰਦਰ ਰੰਧਾਵਾ ਵੱਲੋਂ ਮਾਮਲਾ ਦਰਜ ਕਰਕੇ ਦੋਵਾਂ ਮੋਬਾਈਲਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ 52 ਪ੍ਰਿਜ਼ਨਰ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਪਰ ਹੁਣ ਪੁਲਿਸ ਦੀ ਇਹ ਚੁਣੌਤੀ ਰਹੇਗੀ ਕਿ ਇਹ ਮੋਬਾਈਲ ਕਿਸਦੇ ਹਨ, ਇਹ ਪੁਲਿਸ ਜਾਂਚ ਵਿੱਚ ਹੀ ਪਤਾ ਲੱਗ ਸਕੇਗਾ। ਹੋਇਆ ਜੀ ਜੇਲ੍ਹ ਵੱਲੋਂ ਜਿਹਦੇ ਵਿੱਚ 2 ਫੋਨ ਸੈਮਸੰਗ ਅਤੇ 1 ਚਾਈਨੀਜ਼ ਫੋਨ ਵਿਦਆਊਟ ਸਿਮ ਜੇਲ੍ਹ ਦੇ ਵਿੱਚੋਂ ਮਿਲੇ ਨੇ ਨਾਮਲੂਮ, ਅਤੇ ਉਹਨਾਂ 'ਤੇ ਅਸੀਂ ਕੀ ਕਹਿੰਦੇ 22 ਨੰਬਰ FIR ਸਦਰ ਨਾਭਾ ਰਜਿਸਟਰ ਕੀਤੀ ਹੈ ਜੀ। ਬਾਹਰੋਂ ਮਿਲੇ ਨੇ ਜੀ, ਬਾਹਰਲੇ ਪਾਸਿਓਂ, ਬੈਰਕ ਦੇ ਬਾਹਰਲੇ ਪਾਸਿਓਂ। ਤਫਤੀਸ਼ ਜਾਰੀ ਹੈ ਸਾਡੀ। 52 ਇਹ ਪ੍ਰਿਜ਼ਨ ਐਕਟ ਜੀ। ਇੱਕ ਗੱਲ ਤਾਂ ਸਾਫ਼ ਜ਼ਾਹਿਰ ਹੈ ਕਿ ਜੇਲ੍ਹ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਬਿਨਾਂ ਕੋਈ ਵੀ ਚੀਜ਼ ਅੰਦਰ ਜਾਣੀ ਅਸੰਭਵ ਹੈ, ਅਤੇ ਜੋ ਮੋਬਾਈਲ ਅੰਦਰ ਗਏ ਹਨ ਇਹ ਮਿਲੀ ਭੁਗਤ ਦੇ ਨਾਲ ਹੀ ਅੰਦਰ ਜਾਂਦੇ ਨੇ। ਬਿਊਰੋ ਰਿਪੋਰਟ, ਚੈਨਲ Y। ਯੂ ਆਰ ਵਾਚਿੰਗ ਚੈਨਲ Y, ਚੈਨਲ Y, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।